ਵੀਅਰਸ, ਵੈਲਕਮ ਬੈਕ ਇਨ ਅਵਰ ਪ੍ਰੋਗਰਾਮ। ਐਂਡ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਸਵਾਲ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਅੱਜ 27 ਜੂਨ 2013 14 ਹਾਰਡ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ, ਤਾਂ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦੇ ਦਿਨ ਦੀ ਇਤਿਹਾਸਿਕ ਅਹਿਮੀਅਤ ਸਾਂਝੀ ਕਰੋ। ਸਿੱਖ ਇਤਿਹਾਸ ਦੇ ਹਵਾਲੇ ਨਾਲ ਤਾਂ ਅੱਜ ਦੀ ਇੱਕੋ ਹੀ ਮੇਜਰ ਇਵੈਂਟ ਮੈਂ ਪਿੱਕ ਕਰ ਸਕਿਆ, ਹਾਲਾਂ ਹੋਰ ਸੀ ਬਟ ਜੀ ਇਹੀ ਮੈਨੂੰ ਅਹਿਮ ਲੱਗੀ। ਜੀ ਅਸੀਂ ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਗੁਰੂ ਕੇ ਬਾਗ ਦੇ ਮੋਰਚੇ ਦਾ ਜਦੋਂ ਵੇਰਵਾ ਪੜ੍ਹਦੇ ਹਾਂ ਤਾਂ ਉਦੋਂ ਇੱਕ ਸੁਪਰਡੈਂਟ ਪੁਲਿਸ ਗੋਰੇ ਦਾ ਜ਼ਿਕਰ ਆਉਂਦਾ ਜਿਹਦਾ ਨਾਂ BTC। ਜੀ ਉਹਦੇ ਹੁਕਮ ਥੱਲੇ ਜਿਹੜਾ ਸਿੱਖਾਂ ਨੂੰ ਜਦੋਂ ਜਥਾ ਉਸ ਗੁਰੂ ਕੇ ਬਾਗ ਵੱਲ ਵੱਧਦਾ ਸੀ, ਜਿਹੜਾ ਕਿ ਅੰਮ੍ਰਿਤਸਰ ਦੇ ਨੇੜੇ ਜਿੱਥੇ ਉਹ ਮੋਰਚਾ ਲੱਗਾ, ਲੱਕੜਾਂ ਵੱਢਣ ਸਿੱਖ ਗਏ ਉਹਨਾਂ ਨੇ, ਮਹੰਤ ਨੇ ਕਿਹਾ ਮੇਰੀ ਥਾਂ ਹੈ, ਫੜ ਲਈ, ਇੱਥੋਂ ਮੋਰਚਾ ਸ਼ੁਰੂ ਹੋ ਗਿਆ। ਜੀ ਅਤੇ ਉਹਨਾਂ ਨੂੰ ਵੱਡੀਆਂ ਵੱਡੀਆਂ ਸੁੰਮਾਂ ਵਾਲੀਆਂ ਡਾਂਗਾਂ ਦੇ ਨਾਲ ਕੁੱਟਿਆ ਜਾਂਦਾ ਸੀ ਪੂਰਾ, ਔਰ ਉਹ ਫਿਰ ਸਤਨਾਮ ਵਾਹਿਗੁਰੂ ਕਰਦੇ ਖਲੋ ਜਾਂਦੇ, ਫਿਰ ਕੁੱਟ ਕੁੱਟ ਕੇ ਥੱਲੇ, ਜਦੋਂ ਤੱਕ ਉਹ ਬਿਲਕੁਲ ਨਿਟਾਲ ਹੋ ਕੇ ਜ਼ਖਮੀ ਹੋ ਕੇ ਡਿੱਗ ਨਾ ਜਾਂਦੇ, ਉਹ ਅੱਗੇ ਵਧਣ ਦਾ ਯਤਨ ਕਰਦੇ, ਔਰ ਬਾਅਦ ਦੇ ਵਿੱਚ ਐਂਬੂਲੈਂਸ ਖਲੋਤੀ ਹੁੰਦੀ ਅਤੇ ਉਹਨਾਂ ਨੂੰ ਸਟ੍ਰੈਚਰ ਦੇ ਉੱਤੇ ਪਾ ਕੇ ਜਿਸ ਤਰ੍ਹਾਂ 500-500 ਦਾ ਜਥਾ ਜਿਹੜਾ ਉਹਨਾਂ ਨੂੰ ਲਿਜਾਇਆ ਜਾਂਦਾ। ਸੋ ਇਹ ਜਿਹੜਾ ਗੁਰੂ ਕੇ ਬਾਗ ਦਾ ਮੋਰਚਾ ਸੀ, ਇਹਨੇ ਦੁਨੀਆ ਭਰ ਦੇ ਵਿੱਚ ਇੱਕ ਪਾਸੇ ਤਾਂ ਕਿੰਨਾ ਜ਼ੁਲਮ ਕਰ ਰਹੀ ਹੈ ਹਕੂਮਤ ਉਸ ਨੂੰ ਉਸ ਦੇ ਉੱਤੇ ਧਿਆਨ ਕੇਂਦਰਿਤ ਕਰਵਾਇਆ, ਪਰ ਦੂਸਰੇ ਪਾਸੇ ਸਿੱਖਾਂ ਦੇ ਸਿਦਕ ਔਰ ਸਬਰ ਦੀ ਗੱਲ ਵੀ ਦੁਨੀਆ ਤੱਕ ਪਹੁੰਚੀ, ਕਿਉਂਕਿ ਉਹਨਾਂ ਦੇ ਵਿੱਚ ਕਈ ਸਾਬਕਾ ਜਿਹੜੇ ਪੈਨਸ਼ਨ ਆਏ ਫੌਜੀ ਸੀ ਉਹਨਾਂ ਦੇ ਜਥੇ ਵੀ ਸੀ, ਔਰ ਇੱਕ ਕ੍ਰਿਸਚਨ ਪਾਦਰੀ ਐਂਡਰਿਊ ਜਿਹੜਾ ਕਿ ਉੱਥੇ ਆਇਆ ਦੇਖਣ, ਉਹਨੇ ਬੜੀ ਦਰਦਨਾਕ ਕਹਾਣੀ ਲਿਖੀ ਜਿਹੜੀ ਕਿ ਅਮਰੀਕਾ ਦੇ ਵਿੱਚ ਵੀ ਛਪੀ ਔਰ ਬਾਕੀ ਥਾਵਾਂ 'ਤੇ ਵੀ। ਉਹਨੇ ਕਿਹਾ ਵੀ ਅਸੀਂ ਇੱਕ ਜੀਸਸ ਦੀ ਗੱਲ ਕਰਦੇ ਹਾਂ, ਤੁਸੀਂ ਇੱਥੇ ਆ ਕੇ ਦੇਖੋ ਕਿੰਨੇ ਜੀਸਸ ਦੇ ਭਰਾ ਨੇ। ਔਰ ਉਹਨੇ ਕਿਹਾ ਕਿ ਵੀ ਮੈਂ ਦੇਖਿਆ ਔਰ ਕਿ ਕਿਵੇਂ ਉਹ ਆਪਣੇ ਸਰੀਰ ਦੇ ਉੱਤੇ ਉਹ ਸਾਰਾ ਤਸ਼ੱਦਦ ਲੈਂਦੇ ਹੈ, ਰੱਬ ਨੂੰ ਯਾਦ ਕਰਦੇ ਨੇ, ਵਾਹਿਗੁਰੂ ਕਹਿੰਦੇ ਨੇ। ਔਰ ਇਹ ਵੀ ਲਿਖਿਆ ਗਿਆ ਕਿ ਵੀ ਇਹ ਉਹੀ ਫੌਜੀ ਨੇ ਇਹਨਾਂ 'ਚ ਬਹੁਤੇ ਜਿਨ੍ਹਾਂ ਨੇ ਪਹਿਲੀ ਵੱਡੀ ਜੰਗ ਦੇ ਵੇਲੇ ਜਿਹੜੀ 1914 ਤੋਂ 1919 ਤੱਕ ਹੋਈ, ਦੁਨੀਆ ਭਰ 'ਚ ਜਾ ਕੇ ਗਨਸ ਚਲਾਈਆਂ ਹੋਈਆਂ ਸਾਡੇ ਰਾਜ ਨੂੰ ਡਿਫੈਂਡ ਕਰਨ ਦੇ ਲਈ, ਪਰ ਅੱਜ ਇਹ ਹਾਲਤ ਹੋਈ ਹੈ। ਸੋ ਅਲਟੀਮੇਟਲੀ ਬੇਸ਼ੱਕ ਸਰਕਾਰ ਨੇ ਯੀਲਡ ਕਰ ਦਿੱਤਾ ਸੀ, ਗੁਰੂ ਕੇ ਬਾਗ ਦਾ ਮੋਰਚਾ ਫਤਿਹ ਹੋ ਗਿਆ ਸੀ, ਲੇਕਿਨ ਜਿਹੜਾ ਪੁਲਿਸ ਸੁਪਰਡੈਂਟ BT ਦੇ ਹੁਕਮਾਂ ਥੱਲੇ ਇਹ ਇੰਨੀ ਮਾਰ ਕਟਾਈ ਹੁੰਦੀ ਸੀ ਉਹਨੂੰ ਸਿੱਖ ਨਹੀਂ ਸੀ ਭੁੱਲੇ। ਸੋ ਲਗਭਗ 1921 ਸਾਲਾਂ ਬਾਅਦ ਜੇ ਇਹ ਮੋਰਚਾ ਜਿਹੜਾ ਹੈ ਸ਼ਾਇਦ 1922-23 ਦੇ ਦੌਰਾਨ ਹੋਏਗਾ, ਸੋ 17 ਸਾਲਾਂ ਬਾਅਦ ਜੇ ਅਸੀਂ ਊਧਮ ਸਿੰਘ ਦੀ ਗੱਲ ਕਰਦੇ ਹਾਂ, ਸ਼ਹੀਦ ਊਧਮ ਸਿੰਘ ਦੀ, ਕਿ 21 ਸਾਲ ਬਾਅਦ ਮਾਈਕਲ ਓਡਵਾਇਰ ਨੂੰ ਮਾਰਿਆ। ਸੋ 1940 ਦੇ ਵਿੱਚ 27 ਜੂਨ ਨੂੰ ਇਸ BT ਨੂੰ ਅੰਗਰੇਜ਼ ਜਿਹੜਾ ਸੁਪਰਡੈਂਟ ਰਿਟਾਇਰ ਹੋਇਆ, ਰਿਟਾਇਰ ਹੋ ਕੇ ਫਿਰ ਮਲੇਰਕੋਟਲੇ ਲੱਗ ਗਿਆ ਜਾ ਕੇ ਪੁਲਿਸ ਦਾ ਚੀਫ, ਇਹਨੂੰ ਦੋ ਸਿੰਘਾਂ ਨੇ, ਕਰਤਾਰ ਸਿੰਘ ਅਤੇ ਬਚਨ ਸਿੰਘ ਨੇ ਉਹਦੇ ਘਰ ਦੇ ਵਿੱਚ ਜਾ ਕੇ ਕਤਲ ਕੀਤਾ ਸੀ ਕਿ ਵੀ ਤੈਨੂੰ ਅਸੀਂ ਛੱਡਣਾ ਨਹੀਂ ਹੈ ਤੂੰ ਜੋ ਕੀਤਾ ਸੀ। ਸੋ ਇਹ ਇੱਕ ਬੜੀ ਰਿਮਾਰਕੇਬਲ ਘਟਨਾ ਹੈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1693 ਦੇ ਵਿੱਚ ਪਹਿਲੀ ਮੈਗਜ਼ੀਨ ਔਰਤਾਂ ਦੀ ਜਿਹੜੀ ਸੀ ਉਹ ਪਬਲਿਸ਼ ਹੋਈ, ਜਿਹਦਾ ਨਾਂ ਲੇਡੀਜ਼ ਮਰਕਰੀ ਸੀ। ਇਹ ਹੁਣ 17ਵੀਂ ਸਦੀ ਦੇ ਵਿੱਚ ਇਹਨਾਂ ਦੀਆਂ ਬੀਬੀਆਂ ਜਿਹੜੀਆਂ ਨੇ ਉਹ ਲਿਖਦੀਆਂ ਸੀ, ਪੜ੍ਹਦੇ ਵੀ ਸੀ, ਹੁਣ ਆਪਣਾ ਅੰਦਾਜ਼ਾ ਲਾਈਏ ਵੀ 17ਵੀਂ ਸਦੀ 'ਚ ਸਾਡੇ ਉੱਥੇ ਕੀ ਸੀ। 1778 ਦੇ ਵਿੱਚ ਲਿਬਰਟੀ ਬੈੱਲ ਜਿਹੜੀ ਹੈ ਉਹ ਵਾਪਸ ਫਿਲਾਡੈਲਫੀਆ ਆਈ, ਜੇ ਹੁਣ ਅਸੀਂ ਜ਼ਿਕਰ ਕਰਕੇ ਹਟੇ ਹਾਂ, ਇਹਦਾ ਸੰਬੰਧ ਵੀ ਡੈਕਲਾਰੇਸ਼ਨ ਆਫ ਇੰਡੀਪੈਂਡੈਂਸ ਨਾਲ ਹੈ, ਕਿਉਂਕਿ ਉਦੋਂ ਫਿਰ ਅੰਗਰੇਜ਼ ਇੱਥੋਂ ਨਿਕਲ ਗਏ ਸੀ। 1871 ਦੇ ਵਿੱਚ ਜਪਾਨੀਆਂ ਨੇ ਆਪਣੀ ਜਿਹੜੀ ਕਰੰਸੀ ਹੈ ਜਿਹੜੀ ਅੱਜ ਵੀ ਇਸਤੇਮਾਲ ਹੁੰਦੀ ਹੈ ਯੈਨ, ਉਹ ਸ਼ੁਰੂ ਕੀਤੀ। 1940 ਦੇ ਵਿੱਚ ਸੋਵੀਅਤ ਆਰਮੀ ਨੇ ਰੋਮਾਨੀਆ ਦੇ ਉੱਤੇ ਅਟੈਕ ਕੀਤਾ, ਜਿਹਦੇ ਜਿਹਦੇ ਨਾਲ ਵੀ ਸੋਵੀਅਤਸ ਨੇ ਸਮਝੌਤੇ ਕੀਤੇ ਸੀ, ਚੈਕੋਸਲੋਵਾਕੀਆ, ਹੰਗਰੀ, ਅਫਗਾਨਿਸਤਾਨ, ਰੋਮੈਨੀਆ, ਉਹਨਾਂ ਸਾਰਿਆਂ 'ਤੇ ਉਹਨਾਂ ਨੇ ਅਲਟੀਮੇਟਲੀ ਕਬਜ਼ੇ ਕਰ ਲਏ ਸੀ। 1976 ਦੇ ਵਿੱਚ ਫਲਸਤੀਨੀ ਹਾਈਜੈਕਰਸ ਨੇ ਇੱਕ ਜਹਾਜ਼ ਹਾਈਜੈਕ ਕੀਤਾ ਏਅਰਫਰਾਂਸ ਦਾ, ਅਤੇ ਉਹਨੂੰ ਉਹ ਐਂਟੈਬ ਯੁਗਾਂਡਾ ਲੈ ਗਿਆ, ਉਹਦੇ 'ਚ ਬਹੁਤ ਸਾਰੇ ਇਜ਼ਰਾਈਲੀ ਸਿਟੀਜ਼ਨ ਸੀ, ਅਤੇ ਇਜ਼ਰਾਈਲ ਉਹਦੇ 246 ਪੈਸੈਂਜਰ ਸੀ ਅਤੇ 12 ਸਟਾਫ ਮੈਂਬਰ ਸੀ। 4 ਜੁਲਾਈ ਨੂੰ ਇਜ਼ਰਾਈਲ ਨੇ ਬੜਾ ਡੇਅਰਿੰਗ ਐਕਸ਼ਨ ਕਰਕੇ ਉਸ ਐਂਟੋਬੇ ਤੋਂ ਯੁਗਾਂਡਾ 'ਚੋਂ ਉਹਨਾਂ ਸਾਰਿਆਂ ਮੁਸਾਫਰਾਂ ਨੂੰ ਛਡਾਇਆ, ਔਰ ਉਹ ਜਿਹੜੀ ਕਾਰਵਾਈ ਸੀ ਉਹਦੇ 'ਚ 7 ਜਿਹੜੇ ਮੁਸਾਫਰ ਸੀ, ਪੈਸੈਂਜਰ ਸੀ, ਉਹ ਮਾਰੇ ਗਏ। ਸੋ ਇਹ ਵਰਲਡ ਹਿਸਟਰੀ ਦੀਆਂ ਮੇਜਰ ਇਵੈਂਟਸ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਦੀ ਇਤਿਹਾਸਿਕ ਅਹਿਮੀਅਤ ਦੱਸੀ। ਅਤੇ ਸਾਡਾ ਪਹਿਲਾ ਸਵਾਲ ਹੈ, ਦੱਖਣੀ ਅਮਰੀਕੀ ਦੇਸ਼ ਇਕਵਾਡੋਰ ਨੇ ਕਿਹਾ ਹੈ ਕਿ ਉਹ ਅਮਰੀਕਾ ਦੀ CIA ਦੇ ਜਾਸੂਸ ਐਡਵਰਡ ਸਨੋ ਐਡਨ
ਨੂੰ ਸਿਆਸੀ ਸ਼ਰਨ ਦੇਣ ਦੇ ਮਾਮਲੇ 'ਤੇ ਗੰਭੀਰਤਾ ਨਾਲ ਵਿਚਾਰ ਕਰੇਗਾ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਦੇਖੋ, ਇਕੁਆਡੋਰ ਵਾਲੇ ਵੀ ਰਿਮਾਰਕੇਬਲ ਨੇ। ਇੱਕ ਜ਼ਮਾਨਾ ਸੀ ਇਹਨਾਂ ਨੇ ਖਾਲਿਸਤਾਨ ਨੂੰ ਵੀ ਰੈਕਗਨਾਈਜ਼ ਕੀਤਾ ਸੀ, ਐਮਬੈਸੀ ਖੋਲ੍ਹਣ ਦੀ ਗੱਲ ਵੀ ਹੋ ਗਈ ਸੀ ਬਾਅਦ 'ਚ, ਵੱਖਰੀ ਗੱਲ ਹੈ ਵੀ ਇੰਡੀਅਨ ਪ੍ਰੈਸ਼ਰ ਪਿਆ ਜਾਂ ਜਿਹੜੇ ਸਾਡੇ ਵੀ ਬੰਦੇ ਅੱਗੇ ਗੱਲ ਕਰਨ ਵਾਲੇ ਸੀ ਉਹਨਾਂ ਦੀ ਵੀ ਕੋਈ ਕ੍ਰੈਡੀਬਿਲਟੀ ਨਹੀਂ ਸੀ ਜਾਂ ਉਹ ਵੀ ਕੋਈ ਸਟੰਟ ਹੀ ਕਰ ਰਹੇ ਸੀ। ਨਤੀਜੇ ਦੇ ਤੌਰ 'ਤੇ ਗੱਲ ਕਿਸੇ ਕੰਡੇ ਨਹੀਂ ਲੱਗੀ। ਸੋ ਹੁਣ ਇਹ ਮਿਸਟਰ ਸਨੋਡਨ, ਜਿਹੜਾ ਐਡਵਰਡ ਸਨੋਡਨ ਇਹਦਾ ਪੂਰਾ ਨਾਂ ਹੈ, 28 ਸਾਲਾਂ ਦਾ ਇਹ ਅਮਰੀਕਨ CIA ਲਈ ਕੰਮ ਕਰਦਾ ਸੀ। ਸੋ ਇਹ ਹੁਣ ਭਗੌੜਾ ਇੱਥੋਂ, ਪਹਿਲਾਂ ਹਾਂਗਕਾਂਗ ਗਿਆ, ਉੱਥੇ ਉਹਨੇ ਜਿਹੜਾ ਉਹ ਸਾਰੇ ਭੇਦ ਉਗਲੇ। ਉਹਨੇ ਕਿਹਾ ਜੀ ਜਿਹੜੀ CIA ਤਾਂ ਗਲੋਬਲ ਸਰਵੇਲੈਂਸ ਕਰ ਰਹੀ ਹੈ, ਤੁਹਾਡਾ ਕੋਈ ਫੋਨ ਕੋਈ ਜੋ ਵੀ ਤੁਸੀਂ ਕਮਿਊਨੀਕੇਸ਼ਨ ਕਰਦੇ ਹੋ ਸੇਫ ਨਹੀਂ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਕੁਛ ਬਾਹਰ ਆਈਆਂ ਨੇ ਹੁਣ, ਜੇ ਹਾਂਗਕਾਂਗ ਚਾਈਨਾ ਦੇ ਥੱਲੇ ਹੈ। ਸੋ ਜ਼ਾਹਰ ਹੈ ਵੀ ਚਾਈਨਾ ਨੂੰ ਮੌਕਾ ਮਿਲਿਆ, ਉਹਨੇ ਅਮਰੀਕਾ ਨੂੰ ਕਿਹਾ ਵੀ ਚਾਰਜ ਤੁਸੀਂ ਸਾਡੇ 'ਤੇ ਲਾਉਂਦੇ ਹੋ ਵੀ ਅਸੀਂ ਹੈਕ ਕਰ ਰਹੇ ਹਾਂ ਤੁਹਾਡਾ ਸਿਸਟਮ, ਆਹ ਦੇਖੋ ਤੁਹਾਡਾ ਬੰਦਾ ਕੀ ਕਹਿੰਦਾ। ਫਿਰ ਇਹਨਾਂ ਨੇ ਚਾਈਨਾ 'ਤੇ ਪ੍ਰੈਸ਼ਰ ਬਣਾਇਆ ਕਿ ਵੀ ਇਹਨੂੰ ਸਾਡੇ ਹਵਾਲੇ ਕਰੋ ਸਨੋਡਨ ਨੂੰ। ਉਹਨਾਂ ਨੇ ਉੱਥੋਂ ਤੁਰਦਾ ਕਰ ਦਿੱਤਾ, ਫਿਰ ਉਹ ਮਾਸਕੋ ਆ ਗਿਆ ਟ੍ਰਾਂਜ਼ਿਟ ਦੇ ਵਿੱਚ। ਫਿਰ ਰੂਸ ਨੂੰ ਕਿਹਾ ਇਹਨਾਂ ਨੇ ਵੀ ਸਾਡੇ ਹਵਾਲੇ ਕਰੋ, ਉਹਨੇ ਕਿਹਾ ਜੀ ਸਾਡੀ ਤਾਂ ਕੋਈ ਤੁਹਾਡੇ ਨਾਲ ਟ੍ਰੀਟੀ ਨਹੀਂ ਹੈਗੀ ਔਰ ਅਸੀਂ ਨਹੀਂ ਕਰਨਾ, ਉਹ ਤਾਂ ਬੈਠਾ ਵੀ ਮਾਸਕੋ ਟ੍ਰਾਂਜ਼ਿਟ 'ਚ। ਸੋ ਇਨ ਦਾ ਮੀਨ ਟਾਈਮ ਉਹਨੇ ਇੰਗਲੈਂਡ ਤੋਂ ਇਕੁਆਡੋਰ ਐਮਬੈਸੀ ਵਾਲਿਆਂ ਦੀ ਇੱਕ ਲੈਟਰ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਉਹਨੂੰ ਸੇਫ ਪੈਸੇਜ ਇਕੁਆਡੋਰ ਦਿੱਤਾ ਜਾਏ ਤਾਂ ਕਿ ਉਹ ਜਾ ਕੇ ਅਸਾਈਲਮ ਲਈ ਅਪਲਾਈ ਕਰ ਸਕੇ। ਇਸ ਤੋਂ ਪਹਿਲਾਂ ਵੀ ਜਿਹੜਾ ਆਸਟ੍ਰੇਲੀਅਨ ਮੂਲ ਦਾ ਜੂਲੀਅਨ ਅਸਾਂਜੇ ਹੈ ਜਿਹੜਾ ਵਿਕੀ ਲੀਕਸ ਰਾਹੀਂ ਜਿਹਨੇ ਸਾਰੇ ਭੇਦ ਬਾਹਰ ਲਿਆਉਂਦੇ ਨੇ, ਉਹ ਵੀ ਇਕੁਆਡੋਰ ਦੀ ਐਮਬੈਸੀ 'ਚ ਬੈਠਾ ਲੰਡਨ। ਉਹ ਨਿੱਕਾ ਜਿਹਾ ਮੁਲਕ ਹੈ। ਹੁਣ ਇੱਥੇ US ਲਾਅ ਮੇਕਰਸ ਨੇ ਧਮਕੀ ਦਿੱਤੀ ਕਿ ਜੀ ਅਸੀਂ ਦੈਟ ਵਿਲ ਇਫੈਕਟ ਅਵਰ ਟ੍ਰੇਡ ਰਿਲੇਸ਼ਨਸ਼ਿਪ। ਇਕੁਆਡੋਰ ਨੇ ਕਿਹਾ ਵੀ ਤੁਸੀਂ ਸਾਨੂੰ ਬਲੈਕਮੇਲ ਕਰ ਰਹੇ ਹੋ ਵੀ ਸਾਨੂੰ ਨਹੀਂ ਚਾਹੀਦੇ ਤੁਹਾਡੇ ਕੋਈ ਵੀ ਰਿਲੇਸ਼ਨ ਜਾਂ ਤੁਹਾਡੀ ਇਹ ਹੈਲਥ। ਸੋ ਪ੍ਰੈਜ਼ੀਡੈਂਟ ਓਬਾਮਾ ਵੀ ਇਹ ਕਹਿਣ 'ਤੇ ਮਜਬੂਰ ਹੋਇਆ ਕਿ ਜੀ ਅਸੀਂ ਆਲਰੇਡੀ ਜੋ ਸਨੋਡਨ ਨੇ ਡੈਮੇਜ ਕਰਨਾ ਸੀ ਉਹ ਤਾਂ ਕਰਤਾ, ਹੁਣ ਤਾਂ ਅਸੀਂ ਇਹ ਦੇਖਦੇ ਹਾਂ ਕਿ ਫਿਊਚਰ 'ਚ ਇਹਨੂੰ ਕਿਵੇਂ ਪ੍ਰੀਵੈਂਟ ਕੀਤਾ ਜਾਏ। ਸੋ ਅਸੀਂ ਇਹ ਸਮਝਦੇ ਹਾਂ ਵੀ ਕਈ ਵਾਰੀ ਕੁਛ ਚੀਜ਼ਾਂ ਦੀ ਮੋਰਲ ਪੋਜੀਸ਼ਨ ਹੁੰਦੀ ਹੈ, ਜੇ ਡਿਪਲੋਮੈਟਿਕ ਕਮਿਊਨਿਟੀ ਹੈ ਮਿਸ਼ਨਸ ਨੂੰ ਔਰ ਇਕੁਆਡੋਰ ਵਰਗਾ ਮੁਲਕ ਜਿਹੜਾ ਹੈ ਨਿਕਾ ਜਿਹਾ ਮੁਲਕ ਹੈ, ਲੇਕਿਨ ਉਹਨੇ ਹੌਸਲਾ ਦਿਖਾਇਆ ਹੈ। ਪਹਿਲਾਂ ਉਹਨੇ ਪਹਿਲਾਂ ਵੀ ਅਸੈਂਜੇ ਦੇ ਹਵਾਲੇ ਨਾਲ ਵੀ ਅਮਰੀਕਾ ਨੂੰ ਇੰਗਲੈਂਡ ਦੇ ਨਾਲ ਟੱਕਰ ਲੈਣੀ ਇਹ ਛੋਟੀ ਗੱਲ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਵੀ ਜੇ ਮੋਰਲ ਹਾਈ ਗਰਾਊਂਡ ਹੈ, ਤੁਸੀਂ ਕੋਈ ਪ੍ਰਿੰਸੀਪਲ ਫਾਊਂਡ ਕਰਦੇ ਹੋ ਫਿਰ ਉਹਨਾਂ ਦੇ ਖਲੋਵੋ। ਸੋ ਮੇਰੀ ਦਿਲਚਸਪੀ ਇਕੁਆਡੋਰ 'ਚ ਕਾਫੀ ਜ਼ਿਆਦਾ ਬਣੀ ਹੈ ਅਤੇ ਮੈਂ ਇਹਨਾਂ ਬਾਰੇ ਹੁਣ ਹੋਰ ਜ਼ਿਆਦਾ ਵੀ ਦੇਖਾਂਗਾ ਕਿ ਵੀ ਐਸੀ ਕਿਹੜੀ ਚੀਜ਼ ਹੈ ਇਹਨਾਂ ਦੀਆਂ ਵੈਲਿਊਜ਼ ਦੇ ਵਿੱਚ ਕਿ ਇਹ ਜਿਹੜੀ ਸੁਪਰ ਪਾਵਰ ਹੈ ਉਹਨੂੰ ਅੱਖਾਂ ਦਿਖਾਉਣ ਦੀ ਹਿੰਮਤ ਰੱਖਦੇ ਨੇ। ਜੀ ਡਾਕਟਰ ਸਾਹਿਬ, ਸਮੇਂ ਪ੍ਰੋਗਰਾਮ ਦੇ ਸਮੇਂ ਦੀ ਸੀਮਾ ਨੂੰ ਮੁੱਖ ਰੱਖਦਿਆਂ ਅਸੀਂ ਸਵਾਲ ਜਵਾਬ ਦਾ ਸਿਲਸਿਲਾ ਇੱਥੇ ਬੰਦ ਕਰਕੇ ਆਪਣੇ ਅੱਜ ਦੇ ਵਿਚਾਰ ਵੱਲ ਵਧਦੇ ਹਾਂ ਅਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਕੀ ਹੈ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੂੰ ਚੁਣਿਆ, ਕਵਿਤ ਨੰਬਰ 16 ਜੀ। ਜਿਵੇਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਭਾਈ ਸਾਹਿਬ ਬੜੇ ਵਿਦਵਾਨ ਸਕਾਲਰ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬੀੜ ਆਦਿ ਬੀੜ ਲਿਖੀ, ਸਕ੍ਰਾਈਬ ਨੇ ਉਹਦੇ, ਲਿਖਾਰੀ ਨੇ ਜੀ। ਭਾਈ ਸਾਹਿਬ ਦੀਆਂ ਵਾਰਾਂ ਸਾਡੇ ਲਈ ਇਤਿਹਾਸ ਦਾ ਸੋਮਾ ਵੀ ਹੈ ਔਰ ਬਹੁਤ ਸਾਰਾ ਜਿਹੜਾ ਆਤਮਕ ਗਿਆਨ ਹੈ ਔਰ ਇਹਨੇ ਵੀ ਗੁਰਬਾਣੀ ਨੂੰ ਸਮਝਣ ਦੇ ਵਿੱਚ ਵੀ ਜਿਹੜੀ ਹੈ ਉਹ ਮਦਦ ਮਿਲਦੀ ਹੈ ਜਦੋਂ ਤੁਸੀਂ ਉਹਨਾਂ ਦੀ ਸ਼ਰਧਾ ਪ੍ਰੇਮ ਪਿਆਰ ਉਹ ਸਾਰੇ ਨੂੰ ਦੇਖਦੇ ਹੋ। ਉਹਨਾਂ ਦੇ ਜਿਹੜੇ ਕਵਿਤ ਨੇ ਇਹ ਬਹੁਤੇ ਬ੍ਰਿਜ ਭਾਸ਼ਾ ਦੇ ਵਿੱਚ ਨੇ, ਜਿਹੜੇ ਉਸ ਵੇਲੇ ਜਿਹੜੀ ਬ੍ਰਿਜ ਭੂਮੀ ਹੈ ਗੰਗਾ ਜਮਨਾ ਕਲਚਰ ਉਸ ਦੇ ਵਿੱਚ ਔਰ ਖਾਸ ਤੌਰ 'ਤੇ ਲਿਟਰਰੀ ਸਾਹਿਤਕ ਹਲਕਿਆਂ ਦੇ ਵਿੱਚ ਇਹ ਜ਼ਬਾਨ ਇਸਤੇਮਾਲ ਹੁੰਦੀ ਸੀ। ਸੋ ਇਸ ਲਈ ਬਹੁਤ ਵਾਰ ਸਾਡੀਆਂ ਸਿੱਖ ਸੰਗਤਾਂ 'ਚ ਉਹਨਾਂ ਦੇ ਸਵੱਈਏ ਬਹੁਤੇ ਪਾਪੂਲਰ ਨਹੀਂ ਨੇ, ਕਵਿਤ ਜਿਹੜੇ ਨੇ ਉਹ ਪਾਪੂਲਰ ਨਹੀਂ ਨੇ ਵਾਰਾਂ, ਕਿਉਂਕਿ ਕੇਂਦਰੀ ਪੰਜਾਬੀ 'ਚ ਨੇ, ਸੈਂਟਰਲ ਪੰਜਾਬੀ ਜਿਹੜੀ ਉਦੋਂ ਲਾਹੌਰ ਔਰ ਅੰਮ੍ਰਿਤਸਰ ਉਸ ਦੀ ਮੰਨੀ ਜਾਂਦੀ ਸੀ। ਪਰ ਮੈਂ ਸਮਝਦਾ ਵੀ ਅਸੀਂ ਅੱਡ ਅੱਡ ਇਹਨਾਂ ਚਰਚਾਵਾਂ ਦੇ ਨਾਲ ਉਸ ਖਜ਼ਾਨੇ ਨੂੰ ਵੀ ਜਿਹੜਾ ਕਵਿਤਾ ਦੇ ਵਿੱਚ ਪਿਆ ਉਹ ਸੰਗਤ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਸੋ ਇਸ ਕਵਿਤ 4 ਲਾਈਨਰ ਇਹ ਹੈਗਾ, ਉਲਟ ਪਵਨ ਮਨ ਮੀਨ ਕੀ ਚਪਲ ਗਤ, ਸਤਿਗੁਰ ਪਰਚੇ ਪਰਮ ਪਦ ਪਾਏ ਹੈ, ਅਜਰੈ ਜਾਰ ਮਾਰ ਅਮਰੈ। ਉਲਟ ਪਵਨ ਮਨ ਮੀਨ ਕੀ ਚਪਲ ਗਤ, ਸਤਿਗੁਰ ਪਰਚੇ ਪਰਮ ਪਦ ਪਾਏ ਹੈ, ਸੂਰ ਸਰ ਸੋਖ ਪੋਖ ਸੋਮ ਸਰ ਪੂਰਨ ਕੈ, ਬੰਧਨ ਦੇ ਮ੍ਰਿਤ ਸਰ ਅਪਿਓ ਪਿਆਏ ਹੈ, ਅਜਰੈ ਜਾਰ ਮਾਰ ਅਮਰੈ।
ਭਰਾਤ ਛਾੜ ਅਸਥਿਰ ਕੰਧ ਹੰਸ ਅਨਤ ਅਨਤ ਨਾ ਧਾਏ ਹੈ ਆਦੈ ਆਦ ਨਾਦੈ ਨਾਦ ਸਲਲੈ ਸਲਲ ਮਿਲ ਬ੍ਰਹਮੈ ਬ੍ਰਹਮ ਮਿਲ ਸਹਿਜ ਸਮਾਏ ਹੈ। ਹੁਣ ਇਸਦਾ ਮੇਨ ਥੀਮ ਇਹ ਹੈ ਕਿ ਜਦੋਂ ਅਸੀਂ ਗੁਰੂ ਵੱਲ ਮੂੰਹ ਕਰ ਲੈਂਦੇ ਜੀ ਪੂਰੇ ਵਿਸ਼ਵਾਸ ਦੇ ਨਾਲ ਵਾਹਿਗੁਰੂ ਦਾ ਪੱਲਾ ਘੁੱਟ ਕੇ ਫੜ ਲੈਂਦੇ ਜੀ ਅਤੇ ਵਾਹਿਗੁਰੂ ਆਪ ਸਹਾਈ ਹੋ ਕੇ ਫਿਰ ਸਾਡੇ ਜੀਵਨ ਨੂੰ ਗਾਈਡ ਕਰਦੇ ਨੇ ਜੀ। ਜਿਹੜਾ ਬੜਾ ਡਾਢਾ ਮਨ ਹੈ ਜਿਹੜਾ ਕਿ ਹਾਥੀ ਦੀ ਤਰ੍ਹਾਂ ਬੇਕਾਬੂ ਹੈ ਜੀ ਔਰ ਉਸ ਦਾ ਕੋਈ ਟਿਕਾਣਾ ਨਹੀਂ ਹੈ, ਜਿਸ ਨੂੰ ਕਬੀਰ ਸਾਹਿਬ ਨੇ ਬਾਣੀ 'ਚ ਫਰਮਾਇਆ ਕਿ ਕਬ ਹੂੰ ਜੀਅੜਾ ਊਬ ਚੜਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਜੀਅੜਾ ਥਿਰ ਨਾ ਰਹਿਤ ਹੈ ਚਾਰੇ ਕੁੰਠਾਂ ਪਾਲੇ। ਕਿ ਕਦੇ ਸੱਤਵੇਂ ਅਸਮਾਨ 'ਤੇ ਚੜ੍ਹ ਜਾਂਦਾ ਮਨ ਨੇ, ਕਦੇ ਪਤਾਲ ਦੇ ਵਿੱਚ ਵੜ ਜਾਂਦਾ ਹੈ ਕਿ ਇਹ ਲੋਭੀ ਜਿਹੜਾ ਦਿਲ ਹੈ ਇਹ ਟਿੱਕੇ ਨਹੀਂ ਖਲੋਂਦਾ ਹੈ, ਇਹ ਚਾਰੇ ਕੁੰਡਾਂ ਦੇ ਵਿੱਚ ਤੁਰਿਆ ਫਿਰਦਾ। ਪਰ ਭਾਈ ਸਾਹਿਬ ਯਾਦ ਕਰਵਾਉਂਦੇ ਨੇ ਕਿ ਜਦੋਂ ਤੁਸੀਂ ਸਤਿਗੁਰ ਦੇ ਪਰਚੇ ਦੇ ਵਿੱਚ ਪਾਸ ਹੁੰਦੇ ਹੋ, ਸਤਿਗੁਰੂ ਦੇ ਸ਼ਬਦ 'ਚ ਧਿਆਨ ਧਰਦੇ ਹੋ, ਸਤਿਗੁਰੂ ਨੂੰ ਆਪਣਾ ਆਪਾ ਸਮਰਪਿਤ ਕਰਦੇ ਹੋ, ਤਾਂ ਫਿਰ ਉਲਟ ਪਵਨ ਮਨ ਮੀਨ ਕੀ ਚਪਲ ਗਤ। ਕਿ ਜਿਹੜਾ ਮਨ ਹਮੇਸ਼ਾ ਉਲਟਾ ਚੱਲਦਾ ਅਤੇ ਮੀਨ ਦੀ ਤਰ੍ਹਾਂ, ਮੀਨ ਮੱਛੀ ਨੂੰ ਕਹਿੰਦੇ ਨੇ ਕਿ ਜਿਵੇਂ ਮੱਛੀ ਮੂਵ ਕਰਦੀ ਹੈ ਉਸ ਦੇ ਵਿੱਚ ਚਪਲਤਾ ਹੁੰਦੀ ਹੈ, ਅਤੇ ਜਦੋਂ ਤੁਸੀਂ ਗੁਰੂ ਦੇ ਚਰਨ ਫੜ ਲੈਂਦੇ ਹੋ, ਗੁਰੂ ਦਾ ਆਸਰਾ ਤੱਕ ਲੈਂਦੇ ਹੋ, ਤਾਂ ਫਿਰ ਇਹ ਉਲਟਾ ਚੱਲਣ ਵਾਲਾ ਅਤੇ ਮੱਛੀ ਦੀ ਚਪਲਤਾ ਵਰਗਾ ਜਿਹੜਾ ਮਨ ਹੈ ਇਹ ਖਲੋ ਜਾਂਦਾ ਸਤਿਗੁਰ ਦੇ ਪਰਚੇ ਨਾਲ, ਸਤਿਗੁਰ ਦੇ ਸ਼ਬਦ ਨਾਲ। ਪਰਮ ਪਦ ਪਾਏ ਹੈ ਅਤੇ ਤੁਹਾਨੂੰ ਜੀਵਨ ਦਾ ਅਸਲ ਰਸਤਾ, ਜੀਵਨ ਦਾ ਅਸਲ ਤੱਤ ਸਮਝ ਆਉਣਾ ਸ਼ੁਰੂ ਹੋ ਜਾਂਦਾ। ਫਿਰ ਉਹ ਫਰਮਾਉਂਦੇ ਨੇ ਸੂਰ ਸਰ ਸੋਖ ਪੋਖ ਸੋਮ ਸਰ ਪੂਰਨ ਕੈ ਬੰਧਨ ਦੇ ਮ੍ਰਿਤ ਸਰ ਅਪੀਆ ਪਿਆਏ ਹੈ। ਤੁਹਾਡੀ ਈਗੋ ਖਤਮ ਹੋ ਜਾਂਦੀ ਹੈ, ਹੋਮੇ ਅੰਦਰੋਂ ਮੁੱਕ ਜਾਂਦੀ ਹੈ, ਮਨ ਦੀ ਦੁਬਿਧਾ ਦੂਰ ਹੋ ਜਾਂਦੀ ਹੈ, ਸ਼ੰਕੇ ਸਾਰੇ ਜਿਹੜੇ ਨੇ ਉਹ ਨਿਵਰਤ ਹੋ ਜਾਂਦੇ ਨੇ ਔਰ ਤੁਹਾਨੂੰ ਜਿਹੜੀ ਲਾਈਫ ਦੀ ਅਸਲ ਫਿਲੋਸਫੀ ਹੈ ਉਹ ਸਮਝ ਆ ਜਾਂਦੀ ਹੈ। ਉਸ ਦੇ ਸਰੋਵਰ 'ਚੋਂ, ਜ਼ਿੰਦਗੀ ਦੇ ਅੰਮ੍ਰਿਤ ਸਰੋਵਰ 'ਚੋਂ ਫਿਰ ਤੁਸੀਂ ਅੰਮ੍ਰਿਤ ਦੇ ਘੁੱਟ ਪੀਂਦੇ ਹੋ ਕਿ ਤੁਹਾਡੀ ਰੂਹ ਅੰਮ੍ਰਿਤ ਹੋ ਜਾਂਦੀ, ਉਹ ਮਰਦੀ ਨਹੀਂ। ਇਹ ਇਸ ਵਿਸ਼ਵਾਸ ਦੇ ਨਾਲ ਤੁਸੀਂ ਸਰੀਰ ਹੋਮੇ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਤੁੱਛ ਕਰਕੇ ਜਾਣਦੇ ਹੋ। ਅਜਰੈ ਜਾਰ ਮਾਰ ਅਮਰੈ ਭਰਾਤ ਛਾੜ, ਫਿਰ ਜਿਹੜੀ ਚੀਜ਼ ਸੜਨ ਵਾਲੀ ਹੈ ਉਹ ਸੜਦੀ ਨਹੀਂ ਜੀ। ਹੋਮੇ ਜਿਹੜੀ ਹੈ ਉਸ ਨੂੰ ਮਾਰ ਅਮਰੈ, ਜਿਹੜੀ ਮਰਨ ਵਾਲੀ ਹੈ ਉਹਨੂੰ ਤੁਸੀਂ ਮਾਰ ਦਿੰਦੇ ਹੋ, ਅਮਰ ਗੁਰੂ ਦਾ ਨਾਂ ਰਹਿੰਦਾ। ਭਰਾਤ ਛਾੜ, ਭਰਾਤ ਡਾਊਟ ਨੂੰ ਕਹਿੰਦੇ ਨੇ, ਮਨ 'ਚੋਂ ਸ਼ੰਕੇ ਨਿਕਲ ਜਾਂਦੇ ਨੇ। ਅਸਥਿਰ ਕੰਧ, ਫਿਰ ਤੁਹਾਡਾ ਮਨ ਕੰਧ ਦੀ ਤਰ੍ਹਾਂ ਸਥਿਰ ਹੋ ਕੇ ਖਲੋ ਜਾਂਦਾ। ਹੰਸ ਅਨਤ ਨਾ ਧਾਏ ਹੈ, ਉਹ ਇੱਕ ਹੰਸ ਵਾਂਗ ਮੋਤੀ ਚੁਣਦਾ, ਕਿਸੇ ਹੋਰ ਪਾਸੇ ਨਹੀਂ ਦੌੜਦਾ। ਅਤੇ ਫਾਈਨਲੀ ਉਹ ਕਹਿੰਦੇ ਨੇ ਆਦੈ ਆਦ ਨਾਦੈ ਨਾਦ ਸਲਲੈ ਸਲਲ ਮਿਲ ਬ੍ਰਹਮੈ ਬ੍ਰਹਮ ਮਿਲ ਸਹਿਜ ਸਮਾਏ ਹੈ। ਕਿ ਜਿਵੇਂ ਆਦ ਦੇ ਨਾਲ ਆਦ ਮਿਲਦਾ, ਸਪੇਸ ਦੇ ਨਾਲ ਸਪੇਸ ਮਿਲਦਾ, ਸ਼ਬਦ ਦੇ ਨਾਲ ਸ਼ਬਦ ਮਿਲਦਾ, ਪਾਣੀ ਦੇ ਨਾਲ ਪਾਣੀ ਮਿਲ ਜਾਂਦਾ, ਇਵੇਂ ਬ੍ਰਹਮੈ ਬ੍ਰਹਮ ਮਿਲ ਸਹਿਜ ਸਮਾਏ ਹੈ। ਇਵੇਂ ਜਿਹੜੀ ਸਾਡੀ ਰੂਹ ਹੈ ਇਹ ਵਾਹਿਗੁਰੂ ਦੇ ਨਾਲ ਮਿਲ ਕੇ ਉਹਦੇ ਵਿੱਚ ਇਕਮਿਕ ਹੋ ਜਾਂਦੀ ਹੈ, ਤਾਂ ਫਿਰ ਸਾਰੇ ਜੀਵਨ ਦੇ ਵਿੱਚ ਆਨੰਦ, ਖੇੜਾ, ਖੁਸ਼ੀ ਵਾਪਰਦੀ ਹੈ। ਕੋਈ ਦੁਬਿਧਾ ਨਹੀਂ ਰਹਿੰਦੀ, ਕੋਈ ਮਨ ਦੇ ਵਿੱਚ ਜਿਹੜਾ ਉਹ ਭੱਜ ਦੌੜ ਨਹੀਂ ਰਹਿੰਦੀ, ਅਤੇ ਮਨ ਫਿਰ ਜਿਹੜਾ ਉਹ ਟਿਕ ਕੇ ਬੈਠ ਜਾਂਦਾ ਅਤੇ ਗੁਰੂ ਦਾ ਪਿਆਰ ਤੁਹਾਡੇ ਅੰਦਰ ਵਸ ਜਾਂਦਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਅਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ 'ਤੇ SOS@tv84.tv 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।